ਹਾਂਜੀ ਦੋਸਤੋ, ਵੈਲਕਮ ਬੈਕ ਟੂ ਸਿੰਘ ਵਲੋਗਸ। ਕੀ ਹਾਲ ਚਾਲ ਸਾਰਿਆਂ ਦਾ? ਦੋਸਤੋ, ਅੱਜ ਦੀ ਇੱਕ ਸਾਖੀ ਆ, ਰੀਅਲ ਇੰਸੀਡੈਂਟ, ਜੋ ਕਿ ਕੁਛ ਸਾਲ ਪਹਿਲਾਂ ਮੈਨੂੰ ਇੱਕ ਬਜ਼ੁਰਗ ਜੀ ਨੇ ਦੱਸੀ ਸੀ, ਇੱਕ ਸਰਦਾਰ ਜੀ ਆਪਣੇ। ਤੁਸੀਂ ਉਹਨਾਂ ਦੀ ਇੱਕ ਹੋਰ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਆ, ਉਹਨਾਂ ਦੇ ਜੋ ਫਰੈਂਡ ਸੀਗੇ ਉਹਨਾਂ ਦੇ ਨਾਲ ਇਹ ਸਾਖੀ ਹੋਈ ਆ, ਰੀਅਲ ਇੰਸੀਡੈਂਟ। ਤਾਂ ਅੱਜ ਇਨ ਸ਼ੋਰਟ ਵਿੱਚ ਮੈਂ ਇਹ ਸਾਖੀ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ। ਦੋਸਤੋ, ਹੋਇਆ ਇਹ ਸੀ ਕਿ ਜੋ ਉਹਨਾਂ ਦਾ ਫਰੈਂਡ ਸੀ, ਆਪਣਾ ਸਤਸੰਗੀ ਬੰਦਾ, ਉਹ ਕਿਤੇ ਹਾਈਵੇ 'ਤੇ ਜਾ ਰਹੇ ਸੀ। ਉਹਨਾਂ ਕੋਲ ਜਿਵੇਂ ਇੱਕ ਟਰੈਵਲਰ ਹੁੰਦਾ ਨਾ, ਪਿਕਅਪ ਟਰੱਕ, ਉਹ ਸੀਗਾ। ਅਤੇ ਰਸਤੇ ਵਿੱਚ ਉਹਨਾਂ ਨੂੰ ਹਾਈਵੇ 'ਤੇ ਇੱਕ ਦੋ ਬੰਦੇ ਮਿਲਦੇ ਆ। ਇੱਕ ਬੀਬੀ ਜੀ ਸੀਗੇ, ਉਸ ਬੀਬੀ ਨਾਲ ਇੱਕ ਦੋ ਭਾਈ ਸੀਗੇ, ਉਹ ਕਿਤੇ ਜਗ੍ਹਾ 'ਤੇ ਜਾ ਰਹੇ ਸੀ। ਉਹਨਾਂ ਨੇ ਲਿਫਟ ਮੰਗੀ ਅਤੇ ਉਹਨਾਂ ਨੇ ਆਪਣੀ ਗੱਡੀ ਰੋਕ ਲਈ, ਛੋਟਾ ਟਰੱਕ ਜੋ ਹੁੰਦਾ, ਤਾਂ ਉਹਨਾਂ ਨੂੰ ਅੰਦਰ ਬਿਠਾ ਲਿਆ। ਉਹਨਾਂ ਨੇ ਕਿਹਾ ਵੀ ਸਾਹਮਣੇ ਇੱਕ, ਦੇਖੋ ਮੈਂ ਜਗ੍ਹਾ ਦਾ ਨਾਮ ਨਹੀਂ ਲਊਂਗਾ, ਬਸ ਇਕੱਲੀ ਜਗ੍ਹਾ ਕਹਿ ਕੇ ਸੰਬੋਧਿਤ ਕਰੂੰਗਾ, ਕਿਉਂਕਿ ਸਹੀ ਨਹੀਂ ਲੱਗਦਾ। ਤਾਂ ਕੁਛ ਕਿਲੋਮੀਟਰ ਦੀ ਦੂਰੀ 'ਤੇ ਹਾਈਵੇ 'ਤੇ ਇੱਕ ਜਗ੍ਹਾ ਹੁੰਦੀ ਆ, ਉੱਥੇ ਗੱਡੀ ਰੋਕਦੇ ਆ। ਤਾਂ ਜਿਹੜੇ ਉਹ ਬੀਬੀ ਜੀ ਸੀਗੇ, ਉਹਨਾਂ ਨੂੰ ਵੀ ਬੋਲਦੇ ਆ ਕਿ ਤੁਸੀਂ ਵੀ ਆਓ ਅੰਦਰ, ਚਾਹ ਚੂ ਪੀਓ। ਤਾਂ ਉਹ ਵੀ ਫਿਰ ਜਾਂਦੇ ਆ ਵੀ ਚਲੋ ਨਾਲੇ ਦੇਖ ਵੀ ਆਵਾਂਗੇ ਅਤੇ ਚਾਹ ਚੂ ਵੀ ਪੀ ਆਵਾਂਗੇ। ਦੋਸਤੋ, ਮੈਂ ਬਿਲਕੁਲ ਸ਼ੋਰਟ ਵਿੱਚ ਸੁਣਾਊਂਗਾ ਤੁਹਾਨੂੰ, ਜ਼ਿਆਦਾ ਲੰਬੀ ਚੌੜੀ ਨਹੀਂ ਕਰੂੰਗਾ, ਕਿਉਂਕਿ ਤੁਹਾਨੂੰ ਪਤਾ ਸਾਖੀਆਂ ਮੈਂ ਮਤਲਬ ਇੱਦਾਂ ਸੁਣਾਉਂਦਾ ਨਹੀਂ ਹੁੰਦਾ, ਨਾ ਇਸ ਵਿੱਚ ਮੇਰਾ ਇੰਨਾ ਜ਼ਿਆਦਾ ਐਕਸਪੀਰੀਅੰਸ ਆ। ਤਾਂ ਉਹ ਅੰਦਰ ਜਾਂਦੇ ਆ, ਤਾਂ ਜੋ ਵੀ ਉੱਥੇ ਜਗ੍ਹਾ ਸੀਗੀ, ਜੋ ਵੀ ਪਾਠ ਪੂਜਾ ਜੋ ਹੋ ਰਹੀ ਸੀ ਉਹ ਉੱਥੇ ਚੱਲ ਰਹੀ ਸੀ। ਤਾਂ ਜਿਹੜੀ ਉੱਥੇ ਉਹ ਬੀਬੀ ਜੀ ਸੀਗੇ, ਉਹ ਇੱਕ ਰੂਮ ਵਿੱਚ ਜਾਂਦੇ ਨੇ, ਬਹੁਤ ਹੌਲ ਜਿਹਾ ਹੌਲ ਟਾਈਪ, ਅਤੇ ਅੰਦਰ ਜਾ ਕੇ ਕੋਈ ਜਿਵੇਂ ਸਮੱਗਰੀ ਵਗੈਰਾ ਹੁੰਦੀ ਆ, ਉਹ ਜੋ ਇੱਕ ਪ੍ਰੋਸੀਜਰ ਹੁੰਦਾ ਵਾ ਨਾ, ਉਹ ਪ੍ਰੋਸੀਜਰ ਜਿਹਾ ਕਰਨਾ ਸਟਾਰਟ ਕਰ ਦਿੰਦੇ ਨੇ ਉਹ। ਅਤੇ ਉਹ ਜਿਹੜੇ ਆਪਣਾ ਬੰਦਾ ਸੀ ਜੋ ਉਹ ਦੇਖ ਰਿਹਾ ਹੁੰਦਾ, ਉਹ ਵੀ ਕੋਲ ਜਾ ਕੇ ਬਹਿ ਜਾਂਦੇ ਆ ਇੱਕ ਚੇਅਰ 'ਤੇ। ਅਤੇ ਉਹ ਜਿਹੜੀ ਬੀਬੀ ਸੀ, ਉਹਨਾਂ ਨੂੰ ਕਾਫੀ ਟਾਈਮ ਹੋ ਜਾਂਦਾ ਉੱਥੇ, ਜੋ ਵੀ ਉਹ ਕੰਮ ਕਰ ਰਹੇ ਸੀਗੇ, ਜੋ ਉਹਨਾਂ ਨੇ ਬਾਅਦ 'ਚ ਦੱਸਿਆ ਤੁਹਾਨੂੰ ਮੈਂ ਹੁਣੇ ਦੱਸ ਦਿੰਦਾ, ਕਿ ਜਿਸ ਸ਼ਕਤੀਆਂ, ਮੈਂ ਇੱਥੇ ਸ਼ਕਤੀਆਂ ਕਹੂੰਗਾ, ਕਿ ਜਿਸ ਸ਼ਕਤੀਆਂ ਨੂੰ ਉਹ ਬੁਲਾ ਰਹੇ ਸੀਗੇ, ਉਹਦੇ ਵਿੱਚ ਕਾਫੀ ਉਹ ਉਸ ਦਿਨ ਉਹਨਾਂ ਨੂੰ ਟਾਈਮ ਲੱਗ ਰਿਹਾ ਸੀਗਾ, ਅਤੇ ਉਹ ਸਮਝ ਨਹੀਂ ਸੀ ਪਾ ਰਹੇ ਕਿ ਹੋ ਕੀ ਰਿਹਾ ਵਾ ਇਹ। ਅਤੇ ਫਿਰ ਉਹਨਾਂ ਨੂੰ ਇੱਕਦਮ ਪਤਾ ਲੱਗਿਆ ਕੁਛ ਹੋਇਆ ਉਹਨਾਂ ਨੂੰ, ਅਤੇ ਉਹ ਜੋ ਆਪਣਾ ਬੰਦਾ ਸਰਦਾਰ ਜੀ, ਉਹਨਾਂ ਕੋਲ ਆਉਂਦੇ ਆ, ਜੋ ਚੇਅਰ 'ਤੇ ਬੈਠੇ ਸੀ ਉਹਨਾਂ ਕੋਲ ਆਉਂਦੇ ਆ, ਅਤੇ ਕਹਿੰਦੇ ਆ ਕਿ ਤੁਸੀਂ ਖੜ੍ਹੇ ਹੋਵੋ ਜੀ। ਉਹ ਕਹਿੰਦੇ ਕੀ ਹੋਇਆ? ਉਹ ਕਹਿੰਦੇ ਤੁਸੀਂ ਖੜ੍ਹੇ ਹੋ ਪਲੀਜ਼। ਅਤੇ ਉਹ ਖੜ੍ਹੇ ਹੋਏ ਅਤੇ ਉਹਨਾਂ ਨੂੰ ਕਹਿੰਦੇ ਤੁਸੀਂ ਬਾਹਰ ਜਾ ਕੇ ਬੈਠੋ ਪਲੀਜ਼, ਮਤਲਬ ਫਟਾਫਟ। ਅਤੇ ਉਹ ਗਏ, ਠੀਕ ਆ ਵੀ ਮੈਂ ਬਾਹਰ ਜਾ ਕੇ ਬਹਿ ਜਾਂਦਾ। ਫਿਰ ਉਹ ਬਾਹਰ ਚਲੇ ਜਾਂਦੇ ਹਾਲ ਤੋਂ, ਫਿਰ ਸਭ ਕੁਛ ਹੁੰਦਾ। ਕੁਛ ਟਾਈਮ ਬਾਅਦ ਫਿਰ ਉਹ ਬੀਬੀ ਜੀ ਆਉਂਦੇ ਆ ਉਹਨਾਂ ਦੇ ਕੋਲ, ਉਹ ਉਹਨਾਂ ਨੂੰ ਪੁੱਛਦੇ ਆ ਕਿ ਤੁਸੀਂ ਹੋ ਕੌਣ, ਮੈਨੂੰ ਪਹਿਲਾਂ ਇਹ ਗੱਲ ਦੱਸੋ। ਅਤੇ ਫਿਰ ਉਹ ਵੀ ਸਰਦਾਰ ਜੀ ਪੁੱਛਦੇ ਕਿ ਹੋਇਆ ਕੀ ਸੀਗਾ। ਅਤੇ ਬੀਬੀ ਜੀ ਫਿਰ ਉਹਨਾਂ ਨੂੰ ਸਾਰੀ ਗੱਲ ਦੱਸਦੇ ਕਿ ਜਿਨ੍ਹਾਂ ਦੇਵੀ ਦੇਵਤਿਆਂ ਨੂੰ, ਜਿਨ੍ਹਾਂ ਸ਼ਕਤੀਆਂ ਨੂੰ ਮੈਂ, ਕੋਈ ਖਾਸ ਦਿਨ ਹੁੰਦਾ ਨਾ, ਜਿਵੇਂ ਚਲੋ ਥਰਸਡੇ ਮੰਨ ਲਓ, ਥਰਸਡੇ ਸੀਗਾ ਵੈਸੇ, ਕਿ ਜਿਨ੍ਹਾਂ ਨੂੰ ਮੈਂ ਬੁਲਾਉਣ ਦੀ ਕੋਸ਼ਿਸ਼ ਕਰ ਰਹੀ ਸੀਗੀ ਉਹ ਆ ਨਹੀਂ ਸੀ ਰਹੇ। ਫਿਰ ਮੈਨੂੰ ਪਤਾ ਲੱਗਿਆ ਜਦੋਂ ਮੈਂ ਉਹਨਾਂ ਤੋਂ ਪੁੱਛਿਆ, ਕਾਫੀ ਮਤਲਬ ਮੈਂ ਤੁਹਾਨੂੰ ਸ਼ੋਰਟ ਵਿੱਚ ਦੱਸ ਰਿਹਾ। ਫਿਰ ਉਹਨਾਂ ਨੇ ਕਿਹਾ ਵੀ, ਉਹਨਾਂ ਨੇ ਉਹ ਸ਼ਕਤੀਆਂ ਨੇ ਮੈਨੂੰ ਕਿਹਾ
ਕਿ ਜੋ ਇਹ ਅੱਜ ਬੰਦਾ ਆਇਆ ਨਵਾਂ, ਇਹਦੇ ਪਿੱਛੇ ਮੈਨੂੰ ਇੱਕ 7-8 ਫੁੱਟ ਦਾ ਇੱਕ ਬਹੁਤ ਲੰਬਾ ਚੌੜਾ ਇੱਕ ਸਰਦਾਰ ਦਿਖਾਈ ਦੇ ਰਿਹਾ ਵਾ, ਸਫੇਦ ਕੱਪੜਿਆਂ ਵਿੱਚ, ਵਾਈਟ ਕਲਰ ਦੀ ਉਹਨੇ ਪੱਗ ਬੰਨ੍ਹੀ ਹੋਈ ਆ, ਅਤੇ ਉਸ ਵਿੱਚੋਂ ਬਹੁਤ ਤੇਜ਼ ਰੌਸ਼ਨੀ ਆ ਰਹੀ ਆ, ਅਤੇ ਅਸੀਂ ਉਹਨਾਂ ਤੋਂ ਸਾਨੂੰ ਭੈ ਆ ਰਿਹਾ ਵਾ, ਅਤੇ ਉਹ ਜੋ ਬੰਦਾ ਵਾ ਜੋ ਉਹਨਾਂ ਨੂੰ ਉਹਨਾਂ ਦੀ ਸ਼ਕਤੀ ਨੂੰ ਦਿਖਾਈ ਦੇ ਰਿਹਾ ਸੀਗਾ, ਕਹਿੰਦੇ ਅਸੀਂ ਉਹ ਤੋਂ ਡਰ ਰਹੇ ਹਾਂ ਤਾਂ ਅਸੀਂ ਅੰਦਰ ਨਹੀਂ ਸੀ ਆ ਰਹੇ, ਅਸੀਂ ਗੇਟ 'ਤੇ ਖੜ੍ਹੇ ਸੀ ਬਾਹਰ। ਤਾਂ ਮੈਨੂੰ ਐਕਸਪਲੇਨ ਕਰਨਾ ਨਹੀਂ ਆ ਰਿਹਾ ਕਿਉਂਕਿ ਮੈਂ ਸਾਖੀਆਂ ਨਹੀਂ ਮਤਲਬ ਸੁਣਾਉਂਦਾ, ਤੁਹਾਨੂੰ ਪਤਾ। ਚਲੋ ਜਿਵੇਂ ਦੱਸ ਹੋ ਗਈ ਗੱਲ, ਤਾਂ ਦੇਖੋ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਉਹਨਾਂ ਨੇ ਕਿਹਾ ਵੀ ਉਸ ਵਿੱਚੋਂ ਜੋ ਪ੍ਰਕਾਸ਼ ਨਿਕਲ ਰਿਹਾ ਵਾ, ਜੋ ਉਹ ਹਸਤੀ ਆ, ਸਾਡੀ ਹਿੰਮਤ ਨਹੀਂ ਪੈ ਰਹੀ, ਅਸੀਂ ਗੇਟ ਦੇ ਅੰਦਰ ਨਹੀਂ ਵੜ ਪਾ ਰਹੇ, ਐਂਟਰ ਨਹੀਂ ਕਰ ਪਾ ਰਹੇ। ਫਿਰ ਉਸ ਬੀਬੀ ਨੇ ਪੁੱਛਿਆ ਕਿ ਉਹ ਕੌਣ ਸੀਗੇ, ਤਾਂ ਉਹਨਾਂ ਨੇ ਦੱਸਿਆ ਕਿ ਮੇਰੇ ਗੁਰੂ ਡੇਰਾ ਬਿਆਸ ਦੇ ਜਿਹੜੇ ਬਾਬਾ ਜੀ ਹੈਗੇ ਨੇ ਉਹ ਨੇ, ਅਤੇ ਉਹੀ ਹੋਣੇ ਆ ਉਹ, ਅਤੇ ਬਾਕੀ ਸ਼ੋਰਟ ਵਿੱਚ ਤੁਹਾਨੂੰ ਗੱਲ ਦੱਸਤੀ ਮੈਂ। ਤਾਂ ਮਤਲਬ ਇੱਕ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹ ਕੀ ਚੀਜ਼ ਆ, ਕੀ ਉਹ ਹਸਤੀ ਨੇ। ਮਤਲਬ ਸੁਣ ਕੇ ਮੈਨੂੰ ਮਜ਼ਾ ਆ ਗਿਆ ਸੀ ਜਿਸ ਤਰੀਕੇ ਨਾਲ ਉਹਨਾਂ ਨੇ ਮੈਨੂੰ ਇੱਕ ਗੱਲ ਦੱਸੀ ਸੀ, ਉਹਨਾਂ ਨੇ ਤਾਂ ਬਹੁਤ ਵਧੀਆ ਦੱਸੀ ਸੀ। ਅਤੇ ਤੁਸੀਂ ਹੁਣ ਸੋਚ ਸਕਦੇ ਹੋ ਵੀ ਅੰਦਾਜ਼ਾ ਲਾ ਸਕਦੇ ਹੋ। ਤਾਂ ਦੋਸਤੋ ਇੱਥੋਂ ਸਾਨੂੰ ਪਤਾ ਲੱਗਦਾ ਕਿ ਇੱਕ ਜਿਹੜੀ ਪ੍ਰੋਟੈਕਸ਼ਨ ਮਿਲਦੀ ਆ ਇੱਕ ਹਸੰਗੀ ਬੰਦੇ ਨੂੰ, ਉਹ ਫਿਰ ਬਾਕਮਾਲ ਹੁੰਦੀ ਆ। ਇਹੋ ਜਿਹੀ ਇੱਕ ਹੋਰ ਸਾਖੀਆਂ ਆਪਾਂ ਨੇ ਸੁਣੀਆਂ ਹੋਣੀਆਂ ਨੇ, ਅਤੇ ਜਿਵੇਂ ਬਾਬਾ ਜੀ ਕਹਿੰਦੇ ਆ ਕਿ ਸਾਡੀ ਉਹ ਦੇਖਣ ਵਾਲੀ ਅੱਖ ਨਹੀਂ ਹੈਗੀ, ਬਿਨਸ਼ੋ ਦੇ ਦੂਜਾ ਕੱਖ ਨਹੀਂ ਪਰ ਦੇਖਣ ਵਾਲੀ ਅੱਖ ਨਹੀਂ। ਜਿਹੜਾ ਬੰਦਾ ਭਜਨ ਸੁਣ ਕਰਦਾ ਉਹਦੀ ਫਿਰ ਦ੍ਰਿਸ਼ਟੀ ਇਹੋ ਜਿਹੀ ਹੋ ਜਾਂਦੀ ਆ ਕਿ ਹੁਣ ਸਾਡੀ ਅੱਖਾਂ ਦੇ ਸਾਹਮਣੇ ਜੋ ਹੈਗਾ ਆਪਾਂ ਸਿਰਫ ਉਹ ਦੇਖਦੇ ਹਾਂ। ਉਸ ਬੰਦੇ ਨੂੰ, ਭਜਨ ਸਿਮਰਨ ਕਰਨ ਵਾਲੇ ਬੰਦੇ ਨੂੰ ਜੋ ਦ੍ਰਿਸ਼ਟੀ ਮਿਲ ਜਾਂਦੀ ਹੈ ਨਾ, ਉਹ ਫਿਰ ਜਿਹੜੀ ਸੂਖਮ ਜੋ ਜਗਤ ਹੁੰਦਾ ਉਸ ਵਿੱਚ ਬਹੁਤ ਚੀਜ਼ਾਂ ਦੇਖ ਸਕਦਾ ਵਾ ਉਹ। ਇੱਕ ਹੋਰ ਬੰਦੇ ਦਾ ਐਕਸਪੀਰੀਅੰਸ ਉਹਨੇ ਵੀ ਮੈਨੂੰ ਬਹੁਤ ਵਧੀਆ ਗੱਲ ਦੱਸੀ ਸੀ, ਉਹ ਵੀ ਕਿਸੇ ਹੋਰ ਵੀਡੀਓ ਵਿੱਚ ਸ਼ੇਅਰ ਕਰੂੰਗਾ। ਜਿਹੜੇ ਸਥੂਲ ਸਰੀਰ ਆ ਇਹ ਜਿਹੜਾ ਸੂਖਮ ਸਰੀਰ ਹੁੰਦਾ ਵਾ ਉਹਨੂੰ ਵੀ ਈਜ਼ਲੀ ਦੇਖ ਸਕਦਾ ਵਾ, ਉਹਦੇ ਨਾਲ ਕੰਟੈਕਟ ਵੀ ਕਰ ਸਕਦਾ, ਗੱਲਬਾਤ ਕਰ ਸਕਦੇ ਹਾਂ ਆਪਾਂ। ਤਾਂ ਕਰਕੇ ਸਾਨੂੰ ਚਾਹੀਦਾ ਕਿ ਭਜਨ ਸਿਮਰਨ ਕਰਨਾ ਚਾਹੀਦਾ ਜੇ ਆਪਾਂ ਨੇ ਉਸ ਲੈਵਲ ਤੱਕ ਪਹੁੰਚਣਾ ਵਾ। ਤਾਂ ਜੀ ਇਹ ਸਾਖੀ ਸੀ ਅੱਜ ਦੀ, ਤੁਹਾਨੂੰ ਕਿਵੇਂ ਲੱਗੀ ਤੁਸੀਂ ਦੱਸ ਸਕਦੇ ਹੋ। ਓਕੇ ਜੀ, ਟੇਕ ਕੇਅਰ।